ਜੀ ਅਸਲਾਮ ਵਾਲੇਕਮ ਸਾਰਿਆਂ ਦੋਸਤਾਂ ਵੀਰਾਂ ਨੂੰ ਕੀ ਹਾਲ ਚਾਲ ਹੈ ਜੀ। ਇਹ ਨਵੇਂ ਭਰਤੀ ਹੋਏ ਨੇ, ਇਹ ਨਵੇਂ ਬੱਚੇ ਲੈ ਕੇ ਆਏ ਹਾਂ ਉਸਤਾਦ ਨਾਮ ਕੋਲੋਂ, ਮੱਕੇ ਸ਼ਰੀਫ ਤੋਂ ਉਮਰਾ ਕਰਨ ਗਏ ਹਾਂ ਅਤੇ ਆਉਂਦਿਆਂ ਲੈ ਕੇ ਆਏ ਹਾਂ। ਅਤੇ ਮੈਂ ਆਖਿਆ ਸਾਰਿਆਂ ਦੋਸਤਾਂ ਵੀਰਾਂ ਨੂੰ ਇਹਨਾਂ ਦਾ ਸ਼ੌਕ ਕਰਵਾਈਏ। ਅੱਗੇ ਵੀ ਬੱਚੇ ਅਸੀਂ ਲੈ ਕੇ ਆਉਂਦੇ ਹਾਂ ਉਸਤਾਦ ਨਾਮ ਕੋਲ, ਬੜੇ ਜ਼ਬਰਦਸਤ ਉੱਠਦੇ ਨੇ, ਪੱਠੀਆਂ ਪੱਠੇ ਜਿੰਨੇ ਵੀ ਸਾਡੇ ਕੋਲ ਨੇ ਉਹਨਾਂ ਦੇ ਕਰੇ ਦੇ ਨੇ। ਇੱਕ ਉਹ ਸੂਈ ਕੜੀ ਵਾਲਾ ਅਤੇ ਦੂਸਰਾ ਨਾਲ ਕਿਹੜਾ ਮਲਕ ਕੋਲ ਆਇਆ ਸੀ, ਰੰਗ ਉਹਨਾਂ ਨੂੰ ਰੰਗ ਤੋਂ ਬਗੈਰ ਨੇ ਦੋਵੇ। ਹੈਂ ਆਇਆ ਹੀ ਦੋਵੇ, ਫਿਰ ਭਰਾ ਹੀ ਨੇ ਕਿ ਫਿਰ ਤੂੰ ਕਿੰਨਾ ਨੇ ਇੱਕੋ ਜੁੜੇ ਦੇ ਭਰਾ ਹੀ ਨੇ ਫਿਰ। ਸਾਰੇ ਇੱਕੋ ਜਿਹੇ ਤਾਂ ਨਹੀਂ ਨਾ ਹੁੰਦੇ, ਮੇਰੇ ਖਿਆਲ ਨਾਲ ਜਿਹੜਾ ਜੋੜਾ ਮੈਂ ਨਾ ਨਾ ਉਹਦੇ ਬੱਚਾ ਪਤਾ ਕਿਹੜੇ ਨੀ ਹੈ, ਨੀ ਹੈ ਜ਼ੀਰਾ ਇੱਕ ਹੈ, ਹਾਂ ਮੈਂ ਆਪੇ ਪਹਿਲੀ ਵਾਰੀ ਵੇਖਣੇ ਆਈ ਤਾਂ। ਹਾਂ ਇਹ ਕਿਹ ਵਾਲਾ ਤੇ ਕੋ ਪਿੱਛੇ ਵੱਡੇ ਹੋ ਕੇ ਹੁਣ ਕਈ ਦੇ ਬਣਦੇ ਨੇ ਉਹ ਪਤਾ ਲੱਗ, ਮੇਰੇ ਅੰਦਾਜ਼ੇ ਨਾਲ ਨਾ ਇੱਕ ਉਹ ਵਾਲਾ ਤੇ ਇੱਕ ਇਹ ਪਿੱਛੇ ਨਹੀਂ ਬੈਠੇ, ਇਹ ਜਿਹੜੇ ਨਹੀਂ ਨਹੀਂ ਇਹ ਹੀ ਹੋਣੇ ਨੇ ਬੇਸ਼ੱਕ ਉਸਤਾਦ ਕੋਲ ਪੁੱਛ ਲਈ। ਬੱਚਿਆਂ ਦਾ ਕੱਪ ਹੈ, ਵੱਡਿਆਂ ਕੁੱਤਾਂ ਦਾ ਕੱਪ ਕਿੰਨੇ ਕਿੰਨੇ ਰਹਿ ਗਏ ਪਿੱਛੇ, ਕਿੰਨੇ ਕਿੰਨੇ ਰਹਿ ਗਏ ਪਿੱਛੇ, 40 ਦਿਨ ਸਹੀ ਹੈ, 40 ਦਿਨਾਂ ਬਾਅਦ ਸਾਡਾ ਜੀ ਵੱਡਾ ਕੱਪ ਵੀ ਹੈ ਇੱਥੇ। ਇਹ ਵੱਡੇ ਕਬੂਤਰ ਜਿਹੜੇ ਕੱਢਣੇ ਸ਼ੁਰੂ ਕੀਤੇ ਨੇ ਹੁਣ, ਇਹਨਾਂ ਨੂੰ ਡਾਈ ਦਿਆ ਹੁਣ, ਇੱਕ ਦਿਨ ਕਬੂਤਰੀਆਂ ਕੱਢੀ ਦੀਆਂ, ਇੱਕ ਦਿਨ ਕਬੂਤਰ ਹੈ। ਬੱਚੇ ਵੇਖੋ ਜ਼ਬਰਦਸਤ, ਇਨਸ਼ਾਅੱਲਾ ਇਹਨਾਂ ਨੇ ਤਕਰੀਬਨ ਹਫ਼ਤੇ ਡੇਢ ਤਾਈਂ ਕੱਢਣਾ ਸ਼ੁਰੂ ਕਰ ਦਿਆਂ, ਇਹਦੇ ਵਿੱਚੋਂ ਕਈਆਂ ਬੱਚਿਆਂ ਨੂੰ ਕਈ ਜੋੜਿਆਂ ਮੈਂ ਆਉਂਦੇ ਨੇ, ਕਈ ਡਾਣੇ ਮੈਂ ਤਿਆ ਵੇਖੋ, ਬੱਚੇ ਦੀ ਖਲੋਣੀ ਵੇਖੋ, ਬੱਚੇ ਜੀ ਬਿਲਕੁਲ ਚੀਕ ਨੇ। ਵੀਡੀਓ ਪਸੰਦ ਆਈ ਲਾਈਕ ਅਤੇ ਕਮੈਂਟ ਜ਼ਰੂਰ ਕਰ ਛੜਿਓ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਵੀ ਜ਼ਰੂਰ ਹੱਥ ਲਾ ਛੜਿਓ ਸਾਡੀਆਂ ਲੇਟੈਸਟ ਵੀਡੀਓ ਵੇਖਣ ਵਾਸਤੇ। ਇਨਸ਼ਾਅੱਲਾ ਮਿਲਣੇ ਹਾਂ ਅਗਲੀ ਵੀਡੀਓ 'ਚ, ਆਪਣਾ ਖਿਆਲ ਰੱਖਿਓ, ਦੁਆਵਾਂ 'ਚ ਜ਼ਰੂਰ ਯਾਦ ਰੱਖਿਓ। ਅੱਲਾ ਹਾਫਿਜ਼।